ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟੀਚਰਾਂ ਵੱਲੋਂ ਉਹਨਾਂ ਦੀਆਂ ਤਨਖਾਹਾਂ ਵਿੱਚ ਬਕਾਇਆ ਵਾਧੇ ਦੀ ਮੰਗ ਕਰਦੇ ਹੋਏ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੀ ਅਗਵਾਈ ਹੇਠ ਯੂਨੀਵਰਸਿਟੀ ਸਥਿਤ ਥਾਪਰ ਹਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਇਸ ਦੌਰਾਨ ਇੱਕ ਰੋਸ ਮਾਰਚ ਵੀ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਕਿ ਪੰਜਾਬ ਸਣੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਉਹਨਾਂ ਦੀ ਤਨਖਾਹਾਂ ਵਿੱਚ ਬਹੁਤ ਘੱਟ ਵਾਧਾ ਹੋਇਆ ਹੈ, ਜਦਕਿ ਇਹ ਯੂਨੀਵਰਸਿਟੀ ਲਗਾਤਾਰ ਦੂਜੇ ਸਾਲ ਵੀ ਦੇਸ਼ ਦੀ ਨੰਬਰ ਇੱਕ ਖੇਤੀਬਾੜੀ ਯੂਨੀਵਰਸਿਟੀ ਬਣ ਕੇ ਸਾਹਮਣੇ ਆਈ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਟੀਚਰ ਐਸੋਸੀਏਸ਼ਨ ਵੱਲੋਂ ਹੋਰ ਕੀ ਕਿਹਾ ਗਿਆ। ਡਾਕਟਰ ਮਨਦੀਪ ਸਿੰਘ ਗੇਲੀ, ਪ੍ਰਧਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ। ਪ੍ਰੋਟੈਸਟ ਕਰਨ ਲਈ ਪੰਜਾਬ ਸਰਕਾਰ ਨੇ ਸਾਨੂੰ ਮਜਬੂਰ ਕਰਤਾ, ਕਿਉਂਕਿ ਜੋ UGC ਦੇ ਸੱਤਵੇਂ ਪੇ ਕਮਿਸ਼ਨ ਦੇ ਪੇ ਸਕੇਲ ਸੀਗੇ ਬਾਕੀ ਯੂਨੀਵਰਸਿਟੀਆਂ ਨੂੰ 1 ਅਕਤੂਬਰ 2022 ਤੋਂ ਦਿੱਤੇ, ਸਾਨੂੰ 1/4/2023 ਤੋਂ ਅਧੂਰੇ ਪੇ ਸਕੇਲ ਦਿੱਤੇ, ਜਿਹਦੇ ਵਿੱਚ ਸਾਡੇ ਭੱਤੇ ਨਹੀਂ ਸੋਧੇ ਗਏ, ਗ੍ਰੈਚੁਟੀ ਨਹੀਂ ਸੋਧੀ ਗਈ, ਸਾਡੇ ਜਿਹੜੇ 1/1/16 ਤੋਂ ਪਹਿਲਾਂ ਵਾਲੇ ਪੈਨਸ਼ਨਰ ਸੀ ਉਹਨਾਂ ਦੀ ਪੈਨਸ਼ਨ ਨਹੀਂ ਸੋਧੀ ਗਈ। ਇਸ ਤੋਂ ਇਲਾਵਾ ਜੋ ਅੱਜ ਪਿਛਲੇ 15 ਮਹੀਨਿਆਂ ਤੋਂ ਵਾਰ ਵਾਰ ਇਤਰਾਜ਼ ਲਾ ਕੇ ਸਾਡੀ ਫਾਈਲ ਭੱਤਿਆਂ ਵਾਲੀ ਵਾਪਸ ਕਰ ਦਿੱਤੀ ਜਾਂਦੀ ਹੈ, ਕਦੇ ਕੋਈ ਇਤਰਾਜ਼ ਹੁੰਦਾ, ਕਦੇ ਕੋਈ ਇਤਰਾਜ਼ ਹੁੰਦਾ, ਹਾਲਾਂਕਿ ਭਾਰਤ ਦੀ ਨੰਬਰ 1 ਖੇਤੀਬਾੜੀ ਯੂਨੀਵਰਸਿਟੀ ਦਾ ਖਿਤਾਬ ਲਗਾਤਾਰ ਦੂਸਰੀ ਵਾਰ PAU ਨੇ ਜਿੱਤਿਆ। ਜਦੋਂ ਵੀ ਪੰਜਾਬ ਸਰਕਾਰ ਗੱਲ ਕਰਦੀ ਹੈ ਖੇਤੀਬਾੜੀ ਦੀ ਤਾਂ PAU ਨੂੰ ਆਪਣੇ ਪਿੱਛੇ ਖੜਾ ਦੇਖਦੀ ਹੈ, PAU ਕਿਸਾਨੀ ਲਈ ਕੰਮ ਕਰਦੀ ਦਿਨ ਰਾਤ, ਪਰ ਜਦੋਂ ਗੱਲ ਆਰਥਿਕ ਇਮਦਾਦ ਦੇਣ ਦੀ ਆਉਂਦੀ ਹੈ ਤਾਂ ਪੰਜਾਬ ਸਰਕਾਰ ਹੱਥ ਪਿੱਛੇ ਖਿੱਚ ਲੈਂਦੀ ਹੈ। ਇਹਦੇ ਵਿੱਚ ਸਾਡਾ 700 ਟੀਚਰ ਇਫੈਕਟਡ ਹੈ। ਹਾਂ, ਅਸਿਸਟੈਂਟ ਪ੍ਰੋਫੈਸਰ ਨੇ, ਐਸੋਸੀਏਟ ਹੈ, ਪ੍ਰੋਫੈਸਰ ਨੇ, ਜਿਹੜੇ ਰਿਟਾਇਰੀਸ ਨੇ ਉਹ ਵੀ ਸਾਡੇ 250 ਨੇ, ਉਹ ਵੀ ਪ੍ਰਭਾਵਿਤ ਨੇ ਜਿਹੜੇ 1 ਜਨਵਰੀ 2016 ਤੋਂ ਪਹਿਲਾਂ। ਜੇਕਰ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਨੇ ਸਾਡੀ ਨਾ ਮੰਗ ਮੰਨੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਹਾਂਜੀ, ਜੋ ਪੇ ਸਕੇਲ ਉਹ ਵੀ ਲੰਬੇ ਸੰਘਰਸ਼ ਤੋਂ ਬਾਅਦ ਸਾਨੂੰ ਮਿਲੇ ਸੀ, ਉਸ ਤੋਂ ਬਾਅਦ ਪਰ ਜਿਹੜੇ ਦਿੱਤੇ ਸਾਨੂੰ ਅਧੂਰੇ ਸਕੇਲ ਦਿੱਤੇ, ਜਿਹੜੇ ਸਾਡੇ ਬਕਾਏ ਨੇ ਉਹ ਅਜੇ ਤੱਕ ਜਾਰੀ ਨਹੀਂ ਹੋਏ, ਹਾਲਾਂਕਿ ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ 'ਤੇ ਫੰਡ ਦਿੱਤਾ ਜਾਣਾ, ਉਹ ਫੰਡ ਕਿਤੇ ਇਹਨਾਂ ਦੀ ਨਲਾਇਕੀ ਕਰਕੇ ਉਹ ਵਾਪਸ ਚਲਾ ਜਾਣਾ। ਸਿਰਫ ਦੇਸ਼ ਦੀ ਇੱਕੋ ਇੱਕ ਯੂਨੀਵਰਸਿਟੀ ਰਹਿ ਗਈ ਜਿਹਨੂੰ ਬਕਾਏ ਨਹੀਂ ਮਿਲੇ ਅੱਜ ਤੱਕ, ਬਾਕੀ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਖੇਤੀਬਾੜੀ 'ਚ PAU ਤੋਂ ਬਹੁਤ ਜ਼ਿਆਦਾ ਪਿੱਛੇ ਨੇ, ਜਿਨ੍ਹਾਂ ਦਾ ਕੋਈ ਵੱਡਾ ਯੋਗਦਾਨ ਨਹੀਂ, ਉਹਨਾਂ ਦੇ ਅਧਿਆਪਕਾਂ ਨੂੰ ਸਭ ਕੁਝ ਮਿਲ ਚੁੱਕਿਆ। ਇੱਥੇ PhD ਪੜ੍ਹੇ ਵਿਗਿਆਨੀਆਂ ਨੂੰ ਇਹ ਬਹੁਤ ਹੀ ਨਿਗੂਣੀ ਜਿਹੀ ਤਨਖਾਹ 'ਤੇ ਬੇਸਿਕ ਪੇ 'ਤੇ ਰੱਖਦੇ ਨੇ, ਜਿਹਦੇ ਨਾਲ ਬਹੁਤ ਚੰਗਾ ਵਰਗ ਹੈ ਜਿਹੜਾ ਉਹ ਇੱਥੇ ਨੌਕਰੀ ਜੁਆਇਨ ਨਹੀਂ ਕਰਦਾ। ਕਾਰਨ ਪੰਜਾਬ ਸਰਕਾਰ ਦੀਆਂ ਜੋ ਮੁਲਾਜ਼ਮ ਵਿਰੋਧੀ ਨੀਤੀਆਂ ਨੇ, ਵੀ ਮੁਲਾਜ਼ਮਾਂ ਦੀ ਘੱਟ ਤੋਂ ਘੱਟ ਭਰਤੀ ਕਰੋ, ਕਾਰਪੋਰੇਟ ਦੇ ਹੱਥਾਂ 'ਚ ਖੇਡ ਰਹੀ ਸਰਕਾਰ ਹੈ ਜਿਹੜੀ, ਇਹ ਕਹਿ ਕੇ ਆਏ ਸੀ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ, ਪਰ ਇਹ ਸਰਕਾਰ ਸਭ ਤੋਂ ਮਾੜੀ ਸਰਕਾਰ ਸਾਬਤ ਹੋ ਰਹੀ ਹੈ। ਡਾਕਟਰ ਗੁਰਮੀਤ ਸਿੰਘ ਧੇਰੇ, ਸਕੱਤਰ PAU ਟੀਚਰ ਐਸੋਸੀਏਸ਼ਨ। ਅੱਜ ਦੇ ਸਾਡੇ ਪ੍ਰੋਟੈਸਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 1.5 ਸਾਲ ਦੇ ਉੱਤੋਂ 1.5 ਸਾਲ ਤੋਂ ਅਸੀਂ ਅਪੀਲ ਕਰ ਰਹੇ ਹਾਂ ਜੀ, PAU ਦੇ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕਰ ਰਹੇ ਹਾਂ, ਪੰਜਾਬ ਸਰਕਾਰ ਨੂੰ ਵੀ ਕਰ ਰਹੇ ਹਾਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ, ਪਰ ਜਦੋਂ ਸਾਡੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ ਤਾਂ ਫਿਰ ਸਾਨੂੰ ਆਖਰ ਇਹ ਦਰਿਆ ਦਾ ਰਾਹ ਜਿਹੜਾ ਅਖਤਿਆਰ ਕਰਨਾ ਪਿਆ। ਔਰ ਇਹਦੇ ਵਿੱਚ ਸਾਡੇ ਨਾਲ ਸਾਰੇ ਟੀਚਰ ਨੇ, ਸਾਰੇ ਟੀਚਰ ਸ਼ਾਮਿਲ ਨੇ, ਤਕਰੀਬਨ ਸਾਡੇ ਕੋਲ ਇੱਥੇ ਪੂਰੀ ਯੂਨੀਵਰਸਿਟੀ ਦੇ ਵਿੱਚ 700-800 ਟੀਚਰ ਆ, ਬਾਹਰ ਸਾਡੇ ਜਿਹੜੇ ਰਿਟਾਇਰਡ ਟੀਚਰ ਹੈਗੇ ਆ 250-250, ਬਾਹਰ ਸਾਡੇ ਸਟੇਸ਼ਨਾਂ ਦੇ ਉੱਤੇ ਟੀਚਰ ਵੀ ਆ, ਸਾਡੇ 7 ਸਟੇਸ਼ਨਾਂ 'ਤੇ KVKs ਦੇ, ਉਹ ਸਾਰੇ ਸਾਡੇ ਨਾਲ ਹੈ, ਕਿਉਂਕਿ ਉਹ ਸਾਰੇ ਇਫੈਕਟਡ ਨੇ, ਸਾਡੇ ਉਹ ਸਾਰੇ
ਟੀਚਰ ਅਫੈਕਟਡ ਨੇ। ਅੱਜ BAU ਦਾ ਕੋਈ ਵੀ ਟੀਚਰ ਪੂਰੀ ਤਨਖਾਹ ਨਹੀਂ ਲੈ ਰਿਹਾ। ਪੂਰੇ ਪੰਜਾਬ ਦੇ ਵਿੱਚ ਬਾਕੀ ਸਾਰਿਆਂ ਦੇ ਭੱਤੇ ਜਿਹੜੇ ਰਿਵਾਈਜ਼ ਮਿਲ ਗਏ ਆ। ਸਿਰਫ ਇੱਕੋ ਇੱਕ ਇਹ ਖੇਤੀਬਾੜੀ ਯੂਨੀਵਰਸਿਟੀ ਆ ਔਰ ਸਰਮੋਰ ਯੂਨੀਵਰਸਿਟੀ ਆ ਜਿਨ੍ਹਾਂ ਦੇ ਅਧਿਆਪਕਾਂ ਦੇ ਭੱਤੇ ਹਜੇ ਤੱਕ ਰਿਵਾਈਜ਼ ਨਹੀਂ। ਕਾਰਨ ਦੇਖੋ ਜੀ, ਸਰਕਾਰ ਨੇ ਜਦੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ CPC ਦਾ, ਬਈ ਤਨਖਾਹ ਵਧਾਉਣ ਵਾਲਾ ਜਿਹੜੀ ਰਿਵਾਈਜ਼ ਕੀਤੀ ਆ, ਉਦੋਂ ਉਹਨਾਂ ਨੇ ਇੱਕ ਵਿੱਚ ਲਾਈਨ ਪਾਈ ਸੀਗੀ ਵੀ ਜਿਹੜੇ ਤੁਹਾਡੇ ਅਲਾਉਂਸਿਸ ਆ ਇਹਨਾਂ ਵਾਸਤੇ ਵੱਖਰਾ ਕੇਸ ਮੂਵ ਕੀਤਾ ਜਾਵੇ। ਹੁਣ ਡੇਢ ਸਾਲ ਤੋਂ ਉਹ ਕੇਸ ਯੂਨੀਵਰਸਿਟੀ ਮੂਵ ਕਰ ਰਹੀ ਆ, ਉਹ ਕੇਸ ਪਹਿਲੇ ਟੇਬਲ ਤੋਂ ਹੀ ਵਾਪਸ ਆ ਰਿਹਾ। ਹੁਣ ਕਿੱਥੇ ਨੁਕਸ ਆ, ਕਿਹੜੀ ਟੈਕਨੀਕੈਲਿਟੀ ਆ, ਕੀ ਸਰਕਾਰਾਂ ਦੀ ਮੰਸ਼ਾ ਠੀਕ ਨਹੀਂ ਜਾਂ ਸਾਡੇ ਅਧਿਕਾਰੀ ਜਿਹੜੇ ਆ ਕੇਸ ਸਹੀ ਨਹੀਂ ਬਣਾ ਰਹੇ, ਇਹਦੇ ਵਿੱਚ ਅਧਿਆਪਕ ਪਿਸ ਰਿਹਾ ਜੀ। ਕਿਉਂਕਿ ਇਹ ਜਿਹੜੇ ਕੇਸ ਬਣਾਉਣੇ ਆ ਇਹਦਾ ਨੋਟੀਫਿਕੇਸ਼ਨ ਜਾਰੀ ਕਰਨਾ, ਨੋਟੀਫਿਕੇਸ਼ਨ ਜਾਰੀ ਕਰਨਾ ਸਰਕਾਰ ਨੇ, ਔਰ ਜਿਹੜਾ ਕੇਸ ਪੁੱਟ ਕਰਨਾ ਉਹ PAU ਨੇ ਪੁੱਟ ਕਰਨਾ ਜੀ। ਅਗਲਾ ਸਟੈਪ ਦਾ ਜੀ, ਹੁਣ ਇਹਦੇ ਵਿੱਚ ਅਸੀਂ ਆਪਣੇ ਇਹਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਸਰਕਾਰਾਂ ਜਿਹੜੀਆਂ ਅਸੀਂ ਦੇਖੋ ਸਾਨੂੰ ਉਮੀਦ ਆ ਕਿ ਸਰਕਾਰ ਸਾਡੀ ਪਹਿਲੀ ਗੱਲ ਤਾਂ ਇਸ ਰੋਸ ਧਰਨੇ ਦੇ ਜ਼ਰੀਏ ਸਾਡੀ ਗੱਲ ਸੁਣੂਗੀ, ਸਾਡੀ ਗੱਲ ਮੰਨੂਗੀ। ਸਾਡੇ ਅਧਿਕਾਰੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਗੱਲ ਸਰਕਾਰ ਤੱਕ ਲੈ ਕੇ ਜਾਣਗੇ। ਜੇਕਰ ਇਹਨਾਂ ਗੱਲਾਂ ਵਾਸਤੇ ਜੇ ਸਰਕਾਰ ਨੇ ਕੋਈ ਹੋਰ ਸਟੈਪ ਜਾਂ ਕੋਈ ਹਾਂ ਪੱਖੀ ਨਾ ਕੋਈ ਵਤੀਰਾ ਜਾਂ ਹਾਂ ਪੱਖੀ ਕੋਈ ਸਟੈਪ ਨਾ ਚੱਕਿਆ ਤਾਂ ਸਾਨੂੰ ਵੀ ਫਿਰ ਹੌਲੀ ਹੌਲੀ ਆਪਣਾ ਸੰਘਰਸ਼ ਜਿਹੜਾ ਉਹ ਤਿੱਖਾ ਕਰਨਾ ਪਏਗਾ ਜੀ ਆਉਣ ਵਾਲੇ ਸਮੇਂ 'ਚ।